ਸੈਯਦਾ ਸਕੀਨਾ ਆਪਣੇ ਨੰਨੇ ਵੀਰ ਅਲੀ ਅਸਗਰ ਨੂੰ ਆਪਣੀ ਝੋਲੀ ਵਿੱਚ ਲੈ ਕੇ ਪਿਆਰ ਕਰਦੀਆਂ ਨੇ ਪਈਆਂ, ਕਦੀ ਮੱਥਾ ਝੁਕਦੀਆਂ ਨੇ, ਆਪਣੇ ਸੀਨੇ ਨਾਲ ਲਾ ਕੇ ਆਪਣੇ ਵੀਰ ਨੂੰ ਖਡਾਉਂਦੀਆਂ ਨੇ ਪਈਆਂ। ਮੁਸਲਮਾਨ ਨੂੰ ਖਡਾਉਂਦਿਆਂ ਖਡਾਉਂਦਿਆਂ ਅਚਾਨਕ ਧਿਆਨ ਪਿਆ ਤੇ ਕੀ ਵੇਖਿਆ, ਨੰਨਾ ਸ਼ਹਿਜ਼ਾਦਾ ਅਲੀ ਅਸਗਰ ਪਿਆਸ ਦੇ ਨਾਲ ਹੋਠਾਂ ਦੀ ਰੰਗਤ ਤਬਦੀਲ ਹੋ ਗਈ ਹੈ, ਇਹ ਚਿਹਰੇ ਦੀ ਰੰਗਤ ਤਬਦੀਲ ਹੋ ਗਈ ਹੈ। ਸੈਯਦਾ ਸਕੀਨਾ ਸ਼ਹਿਰ ਬਾਨੋ ਅੰਮੀ ਦੀ ਬਾਰਗਾਹ ਅੰਦਰ ਆ ਕੇ ਆਪਣੇ ਭਾਈ ਨੂੰ ਅੰਮੀ ਸ਼ਹਿਰ ਬਾਨੋ ਦੀ ਗੋਦ ਵਿੱਚ ਲਟਾਇਆ ਹੈ। ਅੱਜ ਕਹਿੰਦੀ, ਅੰਮੀ ਵੇਖੋ ਮੇਰਾ ਵੀਰ ਪਾਣੀ ਨਾਲ ਤੜਪਦਾ ਪਿਆ, ਪਿਆਸ ਨਾਲ ਤੜਪਦਾ ਪਿਆ। ਅੰਮੀ ਮੇਰੇ ਵੀਰ ਦੀ ਰੰਗਤ ਤਬਦੀਲ ਹੋ ਗਈ ਹੈ, ਹੁਣ ਤੇ ਪਿਆਸ ਦੀ ਵਜ੍ਹਾ ਤੋਂ ਇਹ ਗਲਾ ਵੀ ਖੁਸ਼ਕ ਹੋ ਗਿਆ, ਵੇ ਰੋਣ ਦੀ ਆਵਾਜ਼ ਵੀ ਨਹੀਂ ਆਉਂਦੀ। ਅਰਜ਼ ਕੀਤੀ, ਅੰਮੀ ਜੇ ਕਦੀ ਇੱਕ ਘੁੱਟ ਮੇਰੇ ਵੀਰ ਅਸਗਰ ਨੂੰ ਪਾਣੀ ਮਿਲ ਜਾਏ, ਮੇਰੇ ਵੀਰ ਦੀ ਜ਼ਿੰਦਗੀ ਵਾਪਸ ਆ ਜਾਏਗੀ। ਯਾਰੋ ਹੋ ਦੇ ਕੋਸਰ ਦੇ ਮਾਲਕ ਨੇ, ਅੱਲਾ ਦੀ ਰਜ਼ਾ ਦੇ ਰਾਜ਼ੀ ਨੇ। ਸੈਯਦਾ ਸ਼ਹਿਰ ਬਾਨੋ ਇਮਾਮੇ ਹੁਸੈਨ ਦੀ ਬਾਰਗਾਹ ਦੇ ਅੰਦਰ ਆ ਕੇ ਅਰਜ਼ ਕਰਦੀਆਂ ਨੇ, ਆਕਾ ਮੈਂ ਸਾਰੀ ਜ਼ਿੰਦਗੀ ਤੁਹਾਡੀ ਖਿਦਮਤ ਕੀਤੀ ਏ, ਆਕਾ ਕਦੀ ਤੁਹਾਡੇ ਕੋਲੋਂ ਕੋਈ ਮੁਤਾਲਬਾ ਨਹੀਂ ਕੀਤਾ, ਕਦੀ ਕੋਈ ਖੁਆਇਸ਼ ਪੂਰੀ ਨਹੀਂ ਕਰਵਾਈ। ਆਕਾ ਅੱਜ ਆਖਰੀ ਖੁਆਇਸ਼ ਮੇਰੀ ਪੂਰੀ ਕਰ ਦਿਓ। ਮੇਰੇ ਇਮਾਮ ਨੇ ਫਰਮਾਇਆ, ਸ਼ਹਿਰ ਬਾਨੋ ਮੁਸਾਫਰਾਂ ਬੇਵਤਨਾਂ ਮੁਸਾਫਰਾਂ ਵਤਨੋਂ ਦੂਰ, ਇਸ ਆਲਮ ਦੇ ਅੰਦਰ ਕੋਲ ਤੇਰੀ ਕਿਹੜੀ ਖੁਆਇਸ਼ ਤੋਂ ਕਵੇਗੀ, ਹੁਸੈਨ ਪੂਰਾ ਕਰੇਗਾ। ਸੈਯਦਾ ਸ਼ਹਿਰ ਬਾਨੋ ਕਰਦੀਆਂ ਨੇ, ਆਕਾ ਉਹ ਮੇਰਾ ਨੰਨਾ 6 ਮਾਹ ਦਾ ਬੱਚਾ ਪਿਆਸ ਨਾਲ ਤੜਪਦਾ ਪਿਆ, ਜੇ ਕਦੀ ਇੱਕ ਘੁੱਟ ਪਾਣੀ ਨਸੀਬ ਹੋ ਜਾਏ ਮੇਰੇ ਪੁੱਤਰ ਦੀ ਜਾਨ ਬਚ ਜਾਏਗੀ। ਆਕਾ ਉਹ ਯਜ਼ੀਦੀਆਂ ਦੀ ਦੁਸ਼ਮਣੀ ਤੇ ਤੁਹਾਡੇ ਨਾਲ ਏ, ਇਸ ਬੱਚੇ ਦਾ ਕੀ ਕਸੂਰ ਏ? ਜੇ ਮੁਸਲਮਾਨਾਂ ਇੱਕ ਘੁੱਟ ਪਾਣੀ ਮਿਲ ਜਾਏਗਾ ਮੇਰੇ ਬੱਚੇ ਦੀ ਜਾਨ ਬਚ ਜਾਏਗੀ, ਇਹਦੀ ਰੰਗਤ ਵਾਪਸ ਆ ਜਾਏਗੀ, ਲਬਾਂ ਦੀ ਖੂਬਸੂਰਤੀ ਵਾਪਸ ਆ ਜਾਏਗੀ, ਇਹ ਚਿਹਰੇ ਦੀ ਹਸਾਸ਼ਤ ਤੇ ਪ੍ਰਸ਼ਾਸ਼ਤ ਵਾਪਸ ਆ ਜਾਏਗੀ। ਮੇਰਾ ਹੁਸੈਨ ਮੇਰਾ ਵਿਜਦਾਨ ਕਹਿੰਦਾ ਹੈ, ਸ਼ਹਿਜ਼ਾਦਾ ਅਲੀ ਅਕਬਰ ਮੁਸਲਮਾਨ ਨੂੰ ਪਿਆਸ ਨਾਲ ਨਹੀਂ ਤੜਪਦਾ ਹੋਵੇਗਾ, ਉਹ ਤੇ ਕਹਿੰਦਾ ਹੋਵੇਗਾ, ਅੱਪਾ ਜੀ ਜੇ ਮੈਂ ਕੀ ਹੋਇਆ ਛੋਟਾ ਵਾਂ, ਮੈਂ ਤਲਵਾਰ ਲੈ ਕੇ ਨਹੀਂ ਜਾ ਸਕਦਾ, ਅੱਪਾ ਜੀ ਮੈਦਾਨ ਵਿੱਚ ਲੈ ਕੇ ਜਾਣਾ ਤੁਹਾਡਾ ਕੰਮ ਹੋਵੇਗਾ, ਉੱਥੇ ਜਾ ਕੇ ਜਾਨ ਕੁਰਬਾਨ ਕਰਨਾ ਤੁਹਾਡੇ ਪੁੱਤਰ ਅਲੀ ਅਸਗਰ ਦਾ ਕੰਮ ਹੋਵੇਗਾ, ਕਿਉਂਕਿ ਇਹ ਛੋਟੇ ਛੋਟੇ ਬੱਚੇ ਵੀ ਅਲੀ ਕਾ ਘਰ ਵੀ ਕਿਆ ਘਰ ਹੈ, ਕਿ ਜਿਸ ਘਰ ਮੇ ਹਰ ਇੱਕ ਬੱਚਾ ਜਿਸੇ ਦੇਖੋ ਵਹੀ ਸ਼ੇਰੇ ਖੁਦਾ ਮਾਲੂਮ ਹੋਤਾ ਹੈ। ਮੇਰੇ ਇਮਾਮ ਨੇ ਆਪਣੇ ਪੁੱਤਰ ਦੇ ਉੱਤੇ ਕੱਪੜਾ ਡਾਲਿਆ ਏ ਤਾਂ ਕਿ ਤਪਦੀ ਰੇਤ ਤਪਦੇ ਸਹਰਾ ਦੀ ਗਰਮੀ ਕਿਧਰੇ ਮੇਰੇ ਪੁੱਤ ਨੂੰ ਝੁਲਸਾ ਨਾ ਦੇਵੇ, ਆਪਣੇ ਸੀਨੇ ਨਾਲ ਲਾਇਆ। ਮੇਰਾ ਇਮਾਮ ਖੈਮੇ ਚੋਂ ਬਾਹਰ ਨਿਕਲਿਆ ਵੇ, ਜਿਹੜੇ ਮੇਰੇ ਬਾਹਰ ਨਿਕਲੇ ਨੇ ਮੇਰੇ ਇਮਾਮ ਯਜ਼ੀਦੀ ਬੋਲੇ, ਕਹਿਣ ਲੱਗੇ ਵੇਖੋ ਹੁਸੈਨ ਇਹ ਕੁਰਾਨ ਲੈ ਕੇ ਸੁਲਾਹ ਕਰਨ ਵਾਸਤੇ ਆਉਂਦਾ ਏ ਪਿਆ। ਮੇਰੇ ਇਮਾਮ ਵਾਲੀ ਮਕਾਮ ਯਜ਼ੀਦੀਆਂ ਦੇ ਲਸ਼ਕਰ ਦੇ ਕੋਲ ਪਹੁੰਚੇ ਨੇ, ਮੇਰੇ ਇਮਾਮ ਨੇ ਉਹਨਾਂ ਖੂਫੀਆਂ ਵੱਲ ਰੁਖ ਕੀਤਾ, ਮੇਰੇ ਇਮਾਮ ਨੇ ਬੋਲਣ ਲੱਗੇ, ਮੇਰੇ ਇਮਾਮ ਗੁਫ਼ਤਗੂ ਫਰਮਾਨ ਲੱਗੇ, ਇਬਨੇ ਸਾਦ ਬੋਲਿਆ, ਕਹਿਣ ਲੱਗਾ ਹੁਸੈਨ ਹੁਣ ਤੇ ਸਮਝ ਆ ਗਈ ਹੋਵੇਗੀ, ਹੁਣ ਤੇ ਬੈਤ ਕਰ ਲਾ ਯਜ਼ੀਦ ਦੀ, ਅਗਰ ਹੁਣੇ ਵੀ ਬੈਤ ਕਰ ਲੋਗੇ ਇਹ ਤੁਹਾਡੀ ਜਾਨ ਬਖਸ਼ ਦਿੱਤੀ ਜਾਏਗੀ। ਮੇਰੇ ਇਮਾਮ ਨੇ ਫਰਮਾਇਆ, ਜ਼ਾਲਿਮਾ ਮੇਰਾ ਵੀਰ ਮੇਰਾ ਜਵਾਨ ਵੀਰ ਅੱਬਾਸ ਅਲਮਦਾਰ ਚਲਾ ਗਿਆ, ਹੁਸੈਨ ਦੇ ਪੈਰ ਨਹੀਂ ਡੋਲੇ, ਮੇਰਾ ਜਵਾਨ ਪੁੱਤਰ ਚਲਾ ਗਿਆ, ਹੁਸੈਨ ਦੇ ਪੈਰ ਨਹੀਂ ਡੋਲੇ, ਮੇਰਾ ਭਤੀਜਾ ਕਾਸਿਮ ਚਲਾ ਗਿਆ ਏ, ਹੁਸੈਨ ਦੇ ਪੈਰ ਨਹੀਂ ਡੋਲੇ, ਆਪਣਾ ਵੀਰ ਅਬੂ ਬਕਰ ਕੁਰਬਾਨ ਕੀਤਾ ਏ, ਮੈਂ ਡੋਲਿਆ ਨਹੀਂ, ਹੁਸੈਨ ਕਦੀ ਵੀ ਅਬੂ ਬਕਰ ਕੁਰਬਾਨ ਕੀਤਾ ਏ, ਉਮਰ ਵੀ ਕੁਰਬਾਨ ਕੀਤਾ ਏ, ਮੈਂ ਉਸਮਾਨ ਵੀ ਕੁਰਬਾਨ ਕੀਤਾ ਏ, ਜਿਵੇਂ ਉਦੋਂ ਨਹੀਂ ਡੋਲਿਆ ਤੇ ਡੋਲਿਆ ਹੁਸੈਨ ਹੁਣ ਵੀ ਨਹੀਂ। ਜ਼ਾਲਿਮੋ ਵੇਖੋ ਮੇਰਾ ਨੰਨਾ ਜਿਹਾ ਪੁੱਤਰ ਅਲੀ ਅਸਗਰ ਏ, ਮੇਰੇ ਇਮਾਮ ਨੇ ਚਿਹਰੇ ਤੋਂ ਕੱਪੜਾ ਹਟਾਇਆ ਏ, ਉਧਰ ਜ਼ਾਲਿਮ ਹੁਰਮਲ ਬੇਈਮਾਨ ਨਿਸ਼ਾਨਾ ਸਿੱਧਾ ਕਰਕੇ ਤੀਰ ਦਾ ਖਲੋਤਾ ਏ। ਮੁਸਲਮਾਨੋ ਮੇਰੇ ਇਮਾਮ ਨੇ ਲੱਲੇ ਸ਼ਹਿਜ਼ਾਦੇ ਦਾ ਚਿਹਰਾ ਉਹਨਾਂ ਵੱਲ ਕੀਤਾ, ਜ਼ਾਲਿਮ ਹੁਰਮਲ ਨੇ ਤੀਰ ਮਾਰਿਆ, ਤਿੰਨਾਂ ਮੂੰਹਾਂ ਵਾਲਾ ਤੀਰ ਸ਼ਹਿਜ਼ਾਦਾ ਅਲੀ ਅਸਗਰ
دے مسلمانوں ریشم نالوں بھی نازک حلق دے اندر اے مسلمانوں پیوست ہو گیا ہے حلق نو کراس کر کے میرے امام دے بازو میں چلا گیا ہے اے جاوے ظالما ہرملا بئی مالا کیا مار آئی تیر صغیر تائی جاوے ظالما ہرملا بئی مالا کیا مار آئی تیر صغیر تائی روندے حسین خیمے والا مڑ پے نالے حلک دی کھچ دے تیر تائی مسلمانوں میرے امام نے مسلمانوں کی ہویا میرے امام نے شہزادہ علی اصغر دی حلق وچوں تیر کھچیا خون دا فوارا جاری ہویا میرے امام دیاں آہی نکل گئیاں مسلمانوں زمین ہل گئی اللہ دا عرش کم گیا مسلمانوں فرشتیاں دیاں آہی نکل گئیاں مسلمانوں حوراں دیاں چیخاں نکل گئیاں پھٹ گئے جگر پہاڑاں دے آتے کمب گیا جگ سارا پھٹ گئے جگر پہاڑاں دے آتے کمب گیا جگ سارا جد اصغر دے نازک حلقوں چھٹیا خون پھوارا پر صبر تیرے تو صدقے آقا سید شاہ اسوارا جان دیتی پر جان نہ دیتی حیدر دے دلدارا اوتھے میرے امام نے ریت سیر دے کر کے چھ ماہ دا بچہ میرے امام نے دفنایا قبر ننی جی کھود کے آپ حضرت علی اصغر نو آپ دفنا دیتا دامن چار لے مولا میں کچھ نہیں کھود رکھیا لے مولا حسین نے کچھ نہیں کھود رکھیا دامن چار حسین